ਦੇਖੋ ਕਪੂਰਥਲੇ ਦੇ ਵਿੱਚ ਪੰਜਾ ਗਲ 'ਚ ਪਾ ਦਿੰਦੇ ਆ ਅਤੇ ਇੱਥੇ ਆਉਂਦੇ ਆਉਂਦੇ ਆ ਉਸੇ ਪੰਜੇ ਦੇ ਵਿੱਚ ਖੰਜਰ ਮਾਰਨ ਲੱਗ ਪੈਂਦੇ ਆ। ਡਰਾਮੇ ਕਰ ਰਿਹਾ, ਚਨਾਵ ਫਸੋ, ਕਾਂਗਰਸ ਦੀ ਸਰਕਾਰ ਬਣਨੀ ਆ ਅਤੇ ਆਪਾਂ ਵੀ ਇੱਥੇ ਹੀ ਰਹਿਣਾ ਅਤੇ ਕਿਸੇ ਦਾ ਕੋਈ ਦਖਲਅੰਦਾਜ਼ੀ ਅਸਲ ਕਿਸੇ ਨਹੀਂ ਚੱਲਣੀ। ਮੈਂ ਔਨ ਰਿਕਾਰਡ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਭਰਮ ਭੁਲੇਖੇ ਪਾ ਰਿਹਾ ਕਿਸੇ ਦੇ ਪਿੱਛੇ ਨਿਕਲਾਉਂਦਾ ਹੁੰਦਾ। ਕਾਂਗਰਸੀ ਆਗੂ ਨਵਤੇਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਰਾਣਾ ਗੁਰਜੀਤ ਸਿੰਘ ਅਤੇ ਉਸ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ 6 ਸਾਲ ਦੇ ਲਈ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਦੇ ਹੱਥਾਂ ਵਿੱਚ ਖੇਡ ਰਹੇ ਰਾਣਾ ਗੁਰਜੀਤ ਸਿੰਘ ਪਾਵਨ ਨਗਰੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਪਰੰਤੂ ਉਸ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਅੱਜ ਰੋਜ਼ ਹੀ ਡੇਲੀ ਰੂਟੀਨ ਆ ਜਿਹੜਾ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਲੋਕਾਂ ਨੂੰ ਮਿਲ ਕੇ ਪਿੰਡਾਂ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਜਿਹੜਾ ਕੰਪੇਨ ਕਰੀਦੀ ਆ ਔਰ ਬੜਾ ਵਧੀਆ ਲੋਕਾਂ 'ਚ ਰਿਸਪੋਂਸ ਆ। ਲੋਕ ਜਿਹੜਾ ਕੰਮ ਦੇ ਨਾਂ 'ਤੇ ਵੋਟਾਂ ਜਿਹੜੀਆਂ ਉਹ ਪਾ ਰਹੇ ਆ ਔਰ ਲੋਕ ਇਹ ਵੀ ਦੇਖ ਰਹੇ ਵੀ ਆਪਣੇ ਹਲਕੇ ਦਾ ਕਿਹੜਾ ਬੰਦਾ ਜਿਹੜਾ ਜਿਹਦਾ ਘਰ ਪਰਿਵਾਰ ਇੱਥੇ ਹੋਏ ਔਰ ਜਿਹੜੇ ਬਾਹਰਲੇ ਬੰਦੇ ਕੁਝ ਤੁਰੇ ਫਿਰਦੇ ਆ ਉਹਨਾਂ ਤੋਂ ਵੀ ਲੋਕ 4-5 ਦਿਨ ਪਹਿਲਾਂ ਮਾੜਾ ਜਿਹਾ ਇਹਨਾਂ ਨੇ ਹਵਾ ਜੀ ਬਣਾਈ ਸੀ ਪਰ ਜਿਹੜਾ ਸਾਰੇ ਲੋਕ ਸਮਝ ਗਏ ਵੀ ਅਸੀਂ ਜਿਹੜਾ ਆਪਣੇ ਹਲਕੇ ਦੇ ਵਿੱਚ ਅਮਨ ਸ਼ਾਂਤੀ ਨੂੰ ਪਹਿਲ ਦੇਣੀ ਆ, ਨਾ ਕਿ ਗੁੰਡਾਗਰਦੀ, ਨਾ ਜਾਂ ਜਿਹੜੇ ਨਸ਼ਿਆਂ ਵਾਲੇ ਤੁਰੇ ਫਿਰਦੇ ਆ। ਮੈਂ ਇਹ ਬੇਨਤੀ ਕਰਦਾ ਆਪਣੇ ਹਲਕੇ ਦੇ ਵੋਟਰਾਂ ਸਪੋਰਟਰਾਂ ਨੂੰ ਵੀ ਆਪਾਂ 10 ਦਿਨ ਆਪਣੇ ਜਿਹੜੇ ਬੱਚੇ ਆ ਜਿਹੜੇ ਨੌਜਵਾਨ ਉਹਨਾਂ ਨੂੰ ਜ਼ਰੂਰ ਖਿਆਲ ਰੱਖੀਏ, ਉਹਨਾਂ ਨੂੰ ਇਹਨਾਂ ਦੇ ਜਿਹੜੇ ਬਾਹਰੋਂ ਬੰਦੇ ਆਏ ਜਿਹੜੇ ਗਲਤ ਕੰਮਾਂ 'ਤੇ ਲਾਉਂਦੇ ਫਿਰਦੇ ਆ ਬੱਚੇ ਬਚਾ ਲਈਏ ਕਿ ਇਲੈਕਸ਼ਨ 'ਤੇ ਆਉਂਦੀ ਜਾਂਦੀ ਰਹਿੰਦੀ ਆ, ਆਪਣੇ ਪਰਿਵਾਰ ਸੇਫ ਆ, ਬੱਚੇ ਸੇਫ ਆ ਅਤੇ ਸਭ ਕੁਝ ਸੇਫ ਆ। ਤਾਂ ਇਹ ਅਪੀਲ ਕੀਤੀ ਬਿਲਕੁਲ ਜੀ, ਕੱਲ੍ਹ ਨੂੰ ਉਹਨਾਂ ਦੇ ਜਿਹੜੀ ਕਮੇਟੀ ਬਣਾਈ ਆ ਉਹ 1-2 ਦਿਨ 'ਚ ਫੈਸਲਾ ਜਿਹੜਾ ਉਹ ਆਜੂਗਾ ਸਾਰਿਆਂ ਸਾਹਮਣੇ। ਔਰ ਇਹ ਜਿਹੜਾ ਪਾਰਟੀ ਦੇ ਵਿੱਚ BJP ਦੇ ਖਿਡੌਣੇ ਵਾਂਗੂ ਖੇਡ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਪਾਰਟੀ ਦੇਖੋ ਕਪੂਰਥਲੇ ਦੇ ਵਿੱਚ ਪੰਜਾ ਗਲ 'ਚ ਪਾ ਲੈਂਦੇ ਆ ਅਤੇ ਇੱਥੇ ਆਉਂਦਿਆਂ ਆਉਂਦਿਆਂ ਉਸੇ ਪੰਜੇ ਦੇ ਵਿੱਚ ਖੰਜਰ ਮਾਰਨ ਲੱਗ ਪੈਂਦੇ ਆ। ਇਹ ਲੋਕ ਸਭ ਸਮਝਦੇ ਆ ਇਹ ਕਾਂਗਰਸ ਪਾਰਟੀ ਜਿਹੜੀ ਆ ਇਹ ਸਭ ਉੱਪਰ ਤੱਕ ਗੱਲ ਚਲੇ ਗਈ ਆ ਵੀ ਇਹਨੂੰ ਹੁਣ ਜਿਹੜਾ ਸਾਰਾ ਇਸ ਚੀਜ਼ ਦਾ ਰਿਜ਼ਲਟ ਜਿਹੜਾ ਮਿਲ ਜੂਗਾ। ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਆਪ ਕਾਂਗਰਸ ਦਾ ਮਿਨਿਸਟਰ ਹੋ ਕੇ ਸਾਰਾ ਕਰਕੇ ਅਤੇ ਇੱਥੇ ਪਾਰਟੀ ਦੀ ਪਿੱਠ ਛੁਰਾ ਮਾਰਿਆ। ਮੈਂ ਵੀ ਸੁਣੀ ਆ ਜਿਹੜੀ ਕੋਈ ਲੇਡੀ ਨੇ ਅੱਜ ਜਲੰਧਰੋਂ ਆ ਕੇ ਕੀਤੀ ਔਰ ਮੈਂ ਉਹਨਾਂ ਦੀ ਵੀਡੀਓ ਸੁਣ ਰਿਹਾ ਸੀ ਅਤੇ ਮੁੜ ਕੇ ਇਹਦੇ ਮੁੰਡੇ ਦੀ ਸੁਣੀ ਆ। ਇਹ ਕਹਿੰਦਾ ਫਿਰ ਕੀ ਗੇਟ ਬਣਾਇਆ ਸੀ ਅਤੇ ਸਾਡੀ ਜਗ੍ਹਾ ਢਾਹ ਤਾ, ਆਪ ਹੀ ਮੰਨ ਗਿਆ ਵੀ ਅਸੀਂ ਤਾਂ ਮਤਲਬ ਲੋਕਾਂ ਦੀਆਂ ਜਗ੍ਹਾ 'ਤੇ ਕਬਜ਼ੇ ਕਰਕੇ ਅਤੇ ਗੇਟ ਵੀ ਢਾਉਣੇ ਜਾਂਦੇ ਹਾਂ। ਇਹ ਸਾਰਾ ਕੁਛ ਇਹਨਾਂ ਦਾ ਲੋਕਾਂ ਦੇ ਸਾਹਮਣੇ ਆਈ ਜਾਂਦਾ ਆ ਔਰ ਜਿਹੜੇ ਕੀਤੇ ਧੱਕੇ ਉਹ ਪਰਿਵਾਰ ਕਹਿੰਦੇ ਬੜਾ ਵਧੀਆ ਜਿਨ੍ਹਾਂ ਨਾਲ ਦੇਖੋ ਇੱਕ ਜ਼ਮੀਨ ਜਿਹੜੀ ਆ ਹਥਿਆਉਣ ਲਈ ਉਹਨਾਂ ਦੇ ਪਰਿਵਾਰਾਂ 'ਤੇ ਝੂਠੇ ਪਰਚੇ ਕਹਿੰਦਾ ਹੈ ਨਾ, ਝੂਠੇ ਪਰਚੇ ਇੱਥੇ ਕੀਤੇ, ਪਤਾ ਲੱਗਦਾ ਨਾ ਹੁਣ ਕਿੱਥੇ ਕਿੱਥੇ ਕੀਤੇ ਕੀ ਕੀਤਾ। ਇਹ ਲੋਕਾਂ ਨਾਲ ਚੰਗੇ ਭਲੇ ਪਰਿਵਾਰਾਂ ਨੇ ਦੇਖੋ ਕਿ ਜ਼ਮੀਨ ਹਥਿਆਉਣ ਲਈ ਪਰਚੇ ਕਰਾਉਂਦੇ ਆ ਔਰ ਜ਼ਮੀਨ ਉਹਨਾਂ ਦੀ ਦੱਬਦੇ ਆ, ਇਹੋ ਜਿਹਾ ਕਰੈਕਟਰ ਇਹਨਾਂ ਦਾ। ਤੁਹਾਨੂੰ ਯਾਦ ਹੋਣਾ ਜਲੰਧਰ 'ਚ ਕੋਠੀ ਕਿਰਾਏ 'ਤੇ ਲਈ ਸੀ ਇਹਨੇ ਕੈਂਟ ਦੇ ਵਿੱਚ, ਉਹ ਕੋਠੀ ਕੋਰਟ ਦੇ ਵਿੱਚ ਕੇਸ ਕਰਕੇ ਕੋਠੀ ਛਡਾਈ ਆ। ਉੱਦਾਂ ਕਹਿੰਦੇ ਅਸੀਂ ਬਹੁਤ ਸਾਫ਼ ਸੁਥਰੇ ਬੰਦੇ ਹਾਂ ਅਤੇ ਜਿਹੜੇ ਅਟਵਾਲ ਹੋਰਾਂ ਦੇ ਦਫ਼ਤਰ ਸੀ ਜਾਂ ਉਹ ਪਿੱਛੇ ਖਾਲੂ ਤੋਂ ਉਹਨਾਂ ਦਾ ਦਫ਼ਤਰ ਸੀ, ਉਹ ਦਫ਼ਤਰਾਂ ਦਾ ਕੋਈ ਰੈਂਟ ਨਹੀਂ ਦਿੱਤਾ, ਕੋਈ ਕੁਛ ਨਹੀਂ, ਉਹ ਵੀ ਕੇਸ ਕਰਕੇ ਛਡਾਉਣੇ ਪਏ ਆ। ਇਹ ਇਹਨਾਂ ਦਾ ਕਰੈਕਟਰ ਆ ਲੋਕਾਂ ਦਾ। ਬਹੁਤ ਵੱਡਾ ਫਾਇਦਾ ਹੋਊਗਾ ਜੀ, ਚਰਨਜੀਤ ਸਿੰਘ ਚੰਨੀ ਜੀ ਦੇ ਚਿਹਰਾ ਐਲਾਨਣ ਨਾਲ ਜਿਹੜਾ ਕੋਈ ਮਾੜੀ ਮੋਟੀ ਕਸਰ ਸੀ ਸਰਕਾਰ ਬਣਨ 'ਚ ਉਹ ਵੀ ਨਿਕਲ ਗਈ ਔਰ ਬੜੀ ਵਧੀਆ ਸ਼ਾਨ ਨਾਲ ਸਰਕਾਰ ਬਣੂਗੀ। ਮੈਂ ਕਾਂਗਰਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਇਹਦੇ ਜਿਹੜੇ ਚੁੰਗਲ 'ਚ ਨਾ ਫਸੋ, ਇਹਦੇ ਜਿਹੜੇ ਆ ਜਿਹੜੇ ਡਰਾਮੇ ਕਰ ਰਿਹਾ ਉਹ 'ਚ ਨਾ ਫਸੋ। ਕਾਂਗਰਸ ਦੀ ਸਰਕਾਰ ਬਣਨੀ ਆ ਅਤੇ ਆਪਾਂ ਵੀ ਇੱਥੇ ਹੀ ਰਹਿਣਾ ਅਤੇ ਕਿਸੇ ਦਾ ਕੋਈ ਦਖਲਅੰਦਾਜ਼ੀ ਅਸਲ ਕਿਸੇ ਨਹੀਂ ਚੱਲਣੀ। ਮੈਂ ਔਨ ਰਿਕਾਰਡ ਤੁਹਾਨੂੰ ਕਹਿ ਰਿਹਾ ਇਹ ਜਿਹੜੇ ਭਰਮ ਭੁਲੇਖੇ ਪਾ ਰਿਹਾ ਕਿਸੇ ਦੇ ਪਿੱਛੇ ਨਿਕਲਾਉਂਦਾ ਹੁੰਦਾ, ਕਿਸੇ ਦੇ ਪਿੱਛੇ ਇੰਨੇ ਨਹੀਂ ਖਲੋਣਾ ਅਤੇ ਆਪਣਾ ਜਿਹੜਾ ਉਹ ਆਪਾਂ ਇਕੱਠਿਆਂ ਨੇ ਰਹਿਣਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।